ਤੁਹਾਡੇ ਹਸਬੈਂਡ ਨੇ ਤੁਹਾਨੂੰ ਵੇਚਤਾ? ਹਾਂਜੀ, ਉਹਨਾਂ ਨੇ ਜਿਸ ਤਰ੍ਹਾਂ ਮੈਨੂੰ 200 ਦੇ ਵਿੱਚ ਵੇਚ ਦਿੱਤਾ। 200 ਚ? ਹਾਂਜੀ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਦਾ ਦਿਲੋਂ ਸਵਾਗਤ ਕਰਦੀ ਹਾਂ ਨਾਰੀ ਸਨਮਾਨ ਦੇ ਇਸ ਪਲੈਟਫਾਰਮ 'ਤੇ, ਜਿਸ ਦਾ ਨਾਂ ਹੈ PTC ਪੰਜਾਬੀ ਪ੍ਰੈਜ਼ੈਂਟਸ ਸਿਰਜਣਹਾਰੀ। ਮਨਜੀਤ, ਤੁਸੀਂ ਆਪਣੀ ਬਹੁਤ ਹੀ ਸ਼ੌਕਿੰਗ ਕਹਾਣੀ ਦੱਸੀ ਹੈ। ਇੱਕ ਹੁੰਦਾ ਜ਼ਿੰਦਗੀ 'ਚ ਮੁਸ਼ਕਲਾਂ ਆਉਣਾ, ਇੱਕ ਹੁੰਦਾ ਇਹੋ ਜਿਹੀਆਂ ਮੁਸ਼ਕਲਾਂ ਆਉਣਾ ਜਿਨ੍ਹਾਂ ਨੂੰ ਸੁਣ ਕੇ ਹੀ ਰੌਂਗਟੇ ਖੜ੍ਹੇ ਹੋ ਜਾਂਦੇ ਨੇ। ਤੁਸੀਂ ਜਲੰਧਰ ਜਾਣ ਦਾ ਫੈਸਲਾ ਕਿਵੇਂ ਲਿੱਤਾ? ਜਿਸ ਤਰ੍ਹਾਂ ਘਰ ਦੇ ਵਿੱਚ ਤੁਹਾਨੂੰ ਦੱਸਿਆ ਨਾ ਵੀ ਕੋਈ ਵੀ ਅੱਗੇ ਪਿੱਛੇ ਦਾ ਸਾਥ ਦੇਣ ਵਾਲਾ ਹੈ ਨਹੀਂ ਸੀ, ਅਤੇ ਮੇਰੇ ਮੰਮੀ ਬਿਮਾਰ ਰਹਿੰਦੇ ਹੁੰਦੇ ਸੀ, ਅਤੇ ਉਹਨਾਂ ਨੂੰ ਲੈ ਕੇ ਨਾ ਜਲੰਧਰ ਆਈਦਾ ਹੁੰਦਾ ਸੀ ਨਾ ਜੀ। ਉੱਥੇ ਉਹਨਾਂ ਨਾਲ ਮੇਰੇ ਆਪਣੇ ਭਰਾ ਅਤੇ ਮੇਰੀ ਮਾਂ ਦੇ ਨਾਲ ਨਹੀਂ ਸੀ ਆਉਂਦੇ ਹੁੰਦੇ। ਉੱਥੇ ਐਂਬੂਲੈਂਸ ਵਾਲਾ ਹੀ ਲੈ ਕੇ ਆਉਂਦਾ ਹੁੰਦਾ ਸੀ ਜਲੰਧਰ ਤੋਂ, ਕਪੂਰਥਲੇ ਤੋਂ ਲੈ ਕੇ ਆਉਣਾ ਕਰਨਾ ਜਲੰਧਰ ਉਹਨਾਂ ਨੂੰ ਚੈੱਕ ਕਰਨ ਵਾਸਤੇ। ਮੈਂ ਉਹਨਾਂ ਦੇ ਨਾਲ ਆਉਂਦੀ ਹੁੰਦੀ ਸੀ। ਉਸ ਵੇਲੇ ਉਹ ਭਰਾ ਬਣ ਗਿਆ, ਜਿੱਦਾਂ ਮਾਂ ਨੇ ਉਹਨੂੰ ਬੇਟਾ ਬਣਾ ਲਿਆ ਅਤੇ ਮੇਰਾ ਭਰਾ ਬਣ ਗਿਆ, ਮਤਲਬ ਕਿ ਨਾਲ ਆਉਂਦੀ ਹੁੰਦੀ ਸੀ ਮੈਂ ਉਹਨਾਂ ਦੇ। ਫਿਰ ਮੈਂ ਘਰ ਦੇ ਹਾਲਾਤ ਮੇਰੇ ਉਹਨਾਂ ਨੂੰ ਸਾਰਾ ਪਤਾ ਸੀ, ਉਹਦੇ ਵਾਸਤੇ ਵੀ ਮੇਰੇ ਸਹੁਰੀ ਫੈਮਿਲੀ ਨੇ ਚੰਗਾ ਮਾੜਾ ਸਾਰਾ ਕੁਛ ਕਿਹਾ ਕਿ ਆਪਣੇ ਭਰਾ ਨਹੀਂ ਮਿਲਦੇ ਵਰਤਦੇ ਅਤੇ ਇਹ ਕਿਉਂ ਮਿਲਦਾ ਵਰਤਦਾ। ਉਹਨੇ ਮੇਰੇ ਘਰ ਦੇ ਹਾਲਾਤ ਵੇਖੇ ਔਰ ਮੇਰੇ ਬੇਟੇ ਨੂੰ ਪੜ੍ਹਾਇਆ, ਜਿੰਨਾ ਵੀ ਉਹਨੇ ਆਪਣਾ ਖਰਚਾ ਉਹਨੇ ਕੀਤਾ ਸਾਰਾ ਕੁਛ ਉਹਨੇ ਕੀਤਾ। ਘਰ ਵਾਲੇ ਨੇ ਜਾਨੀ ਕਿ ਤੁਹਾਨੂੰ ਦੱਸਿਆ ਜ਼ਮੀਨ ਜਾਇਦਾਦ ਤਾਂ ਵੇਚੀ ਵੇਚੀ ਸੀ ਘਰ ਤੋਂ, ਜਿਸ ਤਰ੍ਹਾਂ ਮੈਂ ਚੱਕੀ 'ਤੇ ਆਟਾ ਰੱਖ ਕੇ ਆਉਣਾ ਉਹਨੇ ਉਹ ਵੀ ਵੇਚ ਦੇਣਾ। ਅਖੀਰ ਉਹਨੇ ਮੈਨੂੰ ਇੱਕ ਦਿਨ 200 ਦੇ ਵਿੱਚ ਉਹਨੇ ਮੈਨੂੰ ਵੀ ਵੇਚ ਦਿੱਤਾ। ਤੁਹਾਡੇ ਹਸਬੈਂਡ ਨੇ ਤੁਹਾਨੂੰ ਵੇਚਤਾ? ਹਾਂਜੀ, ਉਹਨਾਂ ਨੇ ਜਿਸ ਤਰ੍ਹਾਂ ਮੈਨੂੰ 200 ਦੇ ਵਿੱਚ ਵੇਚ ਦਿੱਤਾ। 200 'ਚ? ਹਾਂਜੀ। ਘਰ ਜਿਸ ਤਰ੍ਹਾਂ ਬੰਦੇ ਆਏ, ਬਰਸਾਤ ਹੋਣ ਡਈ ਸੀ, ਉਸ ਰਾਤ ਮੇਰੇ ਘਰ ਦੋ ਸ਼ਰਾਬੀ ਆਏ ਤੇ ਜ਼ੋਰ ਜ਼ੋਰ ਦੀ ਦਰਵਾਜ਼ਾ ਖੜਕਾਉਣ ਲੱਗੇ ਤੇ ਕਹਿਣ ਲੱਗੇ ਕਿ ਤੇਰੇ ਮਰਦ ਨੇ ਅੱਜ ਦੀ ਰਾਤ ਤੈਨੂੰ ਸਾਨੂੰ ਵੇਚ ਦਿੱਤਾ। ਪਰ ਮੈਂ ਹਿੰਮਤ ਕਰਕੇ ਦਰਵਾਜ਼ਾ ਨਹੀਂ ਖੋਲ੍ਹਿਆ। ਤੇ ਜੇ ਮੈਂ ਉਸ ਰਾਤ ਦਰਵਾਜ਼ਾ ਖੋਲ੍ਹ ਦਿੰਦੀ ਤੇ ਪਤਾ ਨਹੀਂ ਮੈਂ ਕਿਹੜੀ ਦਲਦਲ ਵਿੱਚ ਫਸ ਜਾਣਾ ਸੀ। ਮਾਂ ਪਿਓ ਨੇ ਪੜ੍ਹਾਇਆ ਵੀ ਤਾਂ ਨਹੀਂ ਸੀ ਕਿ ਮੈਂ ਆਪਣੇ ਬਾਰੇ ਕੋਈ ਫੈਸਲਾ ਲੈ ਸਕਾਂ। ਸ਼ਰਾਬੀ ਘਰ ਵਾਲੇ ਨੇ ਮੇਰੀ ਜ਼ਿੰਦਗੀ ਨੂੰ ਨਰਕ ਬਣਾਇਆ ਸੀ, ਉਹਦੀ ਮੈਂ ਸ਼ਿਕਾਇਤ ਕਰਦੀ ਤੇ ਕਿਹਨੂੰ ਕਰਦੀ? ਇਸ ਤੋਂ ਸ਼ਰਮਨਾਕ ਕੋਈ ਗੱਲ ਨਹੀਂ ਹੋ ਸਕਦੀ ਕਿ ਤੁਸੀਂ ਆਪਣੀ ਤੀਵੀਂ ਦਾ ਖਿਆਲ ਨਹੀਂ ਰੱਖ ਸਕਦੇ, ਉਲਟਾ ਵੇਚ ਰਹੇ ਹੋ। ਓ ਗੋਡ, ਮਤਲਬ ਕਿ ਮੈਂ ਦੱਸਿਆ ਵੀ ਉਹਦੇ ਘਰਦਿਆਂ ਨੂੰ ਦੱਸਿਆ, ਉਹ ਕਹਿੰਦੇ ਨੇ ਇੱਦੂ ਵੱਡੀ ਹੁਣ ਸ਼ਰਮ ਵਾਲੀ ਕਿਹੜੀ ਗੱਲ ਰਹਿ ਗਈ ਹੈ ਕਿ ਅੱਜ ਤੂੰ ਸਾਡੇ ਮੁੰਡੇ 'ਤੇ ਵੀ ਇਲਜ਼ਾਮ ਲਾਉਣ ਲੱਗ ਪਈ। ਮਤਲਬ ਕਿ ਮੈਨੂੰ ਘੁੱਟਣ 'ਤੇ ਮਜਬੂਰ ਕਰ ਦਿੱਤਾ ਸਾਰੇ ਪਾਸੇ ਉਹਨਾਂ ਨੇ, ਫਿਰ ਉੱਥੇ ਹੀ ਦਿਨ ਕੱਟੇ। ਜਿਸ ਦਿਨ ਇਹਨੇ ਮੈਨੂੰ ਵੇਚਿਆ ਉਸ ਤੋਂ ਥੋੜ੍ਹੇ ਦਿਨ ਬਾਅਦ ਦੇ ਵਿੱਚ ਇਹਨੂੰ ਪੈਰਾਲਾਈਜ਼ਰ ਅਟੈਕ ਹੋ ਗਿਆ। ਘਰ ਦੇ ਵਿੱਚ ਕੁਛ ਖਾਣ ਨੂੰ ਹੀ ਮੈਂ ਉਦੋਂ ਵੀ ਜਲੰਧਰ ਹੀ ਕੰਮ ਕਰਨ ਆਉਂਦੀ ਹੁੰਦੀ ਸੀ, ਬੇਟੇ ਨੂੰ ਸਕੂਲੇ ਭੇਜ ਕੇ ਅਤੇ ਮੈਂ ਉਦੋਂ ਵੀ ਜਲੰਧਰ ਹੀ ਹੋਸਪਿਟਲ ਦੇ ਵਿੱਚ ਸਫਾਈ ਦਾ ਕੰਮ ਕਰਨਾ ਹੁੰਦੀ ਸੀ। ਸਫਾਈ ਦੇ ਕੰਮ ਤੋਂ ਸ਼ੁਰੂਆਤ ਕੀਤੀ? ਹਾਂਜੀ। ਫਿਰ ਉਸ ਵੇਲੇ ਇਹਨੂੰ ਜਦੋਂ ਮੈਨੂੰ ਫੋਨ ਆਇਆ ਇੱਥੇ ਹੋਸਪਿਟਲ ਦੇ ਵਿੱਚ ਕਿ ਇੱਦਾਂ ਇੱਦਾਂ ਨੂੰ ਅਟੈਕ ਹੋ ਗਿਆ, ਦਰੰਗ ਹੋ ਗਿਆ ਅਤੇ ਤੂੰ ਆ, ਮੈਂ ਕਿਹਾ ਸਵੇਰੇ ਤਾਂ ਲੜਦਾ ਸੀ ਇਹਨੂੰ ਕਿਹੜਾ ਅਟੈਕ ਹੋ ਗਿਆ ਹੁਣ। ਮੇਰੇ ਕੋਲ ਕਿਰਾਇਆ ਨਹੀਂ ਸੀ, ਮੈਂ ਗੱਡੀ ਦਾ ਟ੍ਰੇਨ ਦਾ ਪਾਸ ਬਣਵਾਇਆ ਸੀ। ਮੈਂ ਹੋਸਪਿਟਲ ਵਾਲਿਆਂ ਨੂੰ ਕਿਹਾ, ਮੈਂ ਕਿਹਾ ਮੈਨੂੰ ਇੱਦਾਂ ਇੱਦਾਂ ਫੋਨ ਆਇਆ ਤਾਂ ਮੈਨੂੰ 200 ਰੁਪਇਆ ਦੇ ਦਿਉ, ਪਰ ਉਹਨਾਂ ਨੇ ਮੈਨੂੰ ਕਿਰਾਇਆ ਨਹੀਂ ਦਿੱਤਾ। ਟ੍ਰੇਨ ਦਾ ਟਾਈਮ ਮੇਰਾ 6 ਵਜੇ ਦਾ ਜਾਂਦਾ ਹੁੰਦਾ ਸੀ ਅਤੇ ਫੋਨ ਮੈਨੂੰ ਕਰੀਬ 3 ਵਜੇ ਨਾਲ ਆ ਗਿਆ। ਉੱਥੋਂ ਮੈਨੂੰ ਫਾਰਮੇਸੀ ਵਾਲਿਆਂ ਨੇ ਆਪਣੇ ਕੋਲ 100 ਰੁਪਇਆ ਦਿੱਤਾ
100 ਰੁਪਈਆ ਮੈਨੂੰ ਸਕਿਉਰਿਟੀ ਗਾਰਡ ਨੇ ਦਿੱਤਾ, ਮੈਂ 200 ਰੁਪਈਆ ਕਰਕੇ ਫਿਰ ਮੈਂ ਘਰ ਗਈ। ਜਾ ਕੇ ਦੇਖਿਆ ਜਿਹੜੇ ਉਹੀ ਚਾਚੇ ਤਾਏ ਉਹਦੇ ਨਾਲ ਹੁੰਦੇ ਸੀ ਦਾਰੂ ਪੀਂਦੇ, ਸਾਰੇ ਚਲੇ, ਕੋਈ ਨਹੀਂ ਕੋਲ ਹੈਗਾ, ਇਕੱਲਾ ਹੀ ਉੱਦਾਂ ਮੰਜੀ 'ਤੇ ਪਿਆ, ਨਾ ਲੱਤ ਨਾ ਬਾਂਹ ਕੁਛ ਨਹੀਂ ਕੰਮ ਕਰਦਾ ਪਿਆ, ਉੱਦਾਂ ਹੀ ਪਿਆ ਮੰਜੀ 'ਤੇ। ਫਿਰ ਮੈਂ ਉਸੇ ਭਰਾ ਨੂੰ ਦੱਸਿਆ, ਆਪਣਾ ਤਾਂ ਮੇਰਾ ਕੋਈ ਸੁਣਦਾ ਨਹੀਂ ਸੀ, ਮਾਂ ਵੀ ਜਿਹੜੀ ਸੀ ਉਹ ਵੀ ਮਰ ਗਈ, ਪਿਓ ਵੀ ਮਰ ਗਿਆ, ਵੀ ਤੂੰ ਇੱਥੋਂ ਥਾਂ ਵੇਚ ਕੇ ਤੂੰ ਇੱਥੇ ਆ ਜਾ, ਮੈਂ ਇੱਥੇ ਤੇਰੇ ਲਈ ਕੁਛ ਨਹੀਂ ਕਰ ਸਕਦਾ, ਤੂੰ ਉੱਥੇ ਆ ਜਾ। ਫਿਰ ਇਹਨਾਂ ਨੇ ਮਤਲਬ ਮੇਰੇ ਭਰਾਵਾਂ ਨੇ ਰਲ ਕੇ ਥਾਣੇ ਦੇ ਵਿੱਚ ਪਰਚਾ ਦੇਣਾ ਦਿੱਤਾ ਕਿ ਇਹਨੇ ਘਰ ਵੇਚਣ ਲਾਇਆ, ਘਰ ਵਾਲਾ ਮੰਜੀ 'ਤੇ ਪਿਆ, ਮੇਰੇ ਪੇਕੇ ਵੀ ਮਤਲਬ ਕਿ ਮੇਰੇ ਸਹੁਰਿਆਂ ਦੇ ਨਾਲ ਰਲ ਗਏ, ਮੇਰੇ ਘਰ ਵਾਲੇ ਦੇ ਨਾਲ ਰਲ ਗਏ ਕਿ ਮਤਲਬ ਕਿ ਥਾਂ ਨਹੀਂ ਵੇਚਣ ਦੇਣਾ ਅਸੀਂ ਇਹਨੂੰ, ਇੱਥੋਂ ਜਾਣ ਨਹੀਂ ਦੇਣਾ। ਕਿਉਂ? ਇਹਨੂੰ ਇੱਥੋਂ ਨਹੀਂ ਜਾਣ ਦੇਣਾ, ਇੱਥੋਂ ਚਲੇਗੀ ਅਤੇ ਇਹਨੇ ਸਾਡਾ ਫੈਮਿਲੀ ਨੂੰ ਸੰਭਾਲਣਾ ਨਹੀਂ ਹੈਗਾ। ਉਹਨਾਂ ਸਮਿਆਂ ਦੇ ਵਿੱਚ ਮੇਰਾ ਘਰ ਉਹ 10-12 ਲੱਖ ਦਾ ਸੀ, ਜਿਹੜਾ ਮੇਰੇ ਘਰਦਿਆਂ ਨੇ ਰੋਕਣ ਦੇ ਬਾਵਜੂਦ ਉਹ ਸਾਰਾ 4 ਲੱਖ ਦਾ ਵਿਕਿਆ, ਵੀ ਇੱਥੋਂ ਇਹ ਚੱਲੀ ਅਸੀਂ ਇਹਦਾ ਘਰ ਵੀ ਨਹੀਂ ਵੇਚਣ ਦੇਣਾ। ਫਿਰ ਮੈਂ ਉਹ ਲੋਨ ਲੈ ਕੇ ਰਾਤੋ ਰਾਤ ਜਿੱਦਾਂ ਮਤਲਬ ਕਿ ਉਧਰੋਂ ਮੈਂ ਭਰਾਵਾਂ 'ਤੇ ਜ਼ਮੀਨ ਦਾ ਕੇਸ ਕਰਿਆ ਸੀ, ਮਤਲਬ ਉਲਝਣਾ ਮੇਰੀਆਂ ਜ਼ਿੰਦਗੀ 'ਤੇ ਇੰਨੀਆਂ ਕੁਛ ਸੀ ਨਾ ਮੈਂ ਕਹਿ ਨਹੀਂ ਸਕਦੀ। ਉਹ ਮੇਰਾ ਭਰਾ ਕਹਿਣ ਲੱਗੇ ਜੇ ਸਾਡੇ ਘਰ ਸੰਭਣ ਆਏ ਅਸੀਂ ਇਹਦਾ ਮੁੰਡਾ ਮਾਰ ਦੇਣਾ, ਬੇਟੇ ਨੂੰ ਵੀ ਬਚਾਉਣਾ ਸੀ, ਘਰ ਵੀ ਦੇਖਣਾ ਸੀ, ਰੋਟੀ ਵੀ ਸਾਧਨ ਬਣਾਉਣਾ ਸੀ। ਫਿਰ ਮੈਂ ਰਾਤੋ ਰਾਤ ਮਤਲਬ ਕਿ ਇੱਥੋਂ ਗੱਡੀ ਕਰੀ, ਗੱਡੀ ਕਰਕੇ ਲੋਨ ਲੱਗੇ ਵਾਲਾ ਘਰ ਲਿਆ, ਲੈ ਕੇ ਫਿਰ ਮੈਂ ਜਲੰਧਰ ਦੇ ਵਿੱਚ ਆਈ। ਮੈਂ ਇੱਥੇ ਆਣ ਕੇ ਦੋ ਮਹੀਨੇ ਮੇਰਾ ਕਿਸੇ ਨੂੰ ਨਹੀਂ ਪਤਾ ਮੈਂ ਕਿੱਥੇ ਹਾਂ ਕਿੱਥੇ ਨਹੀਂ। ਮੈਂ ਲੋਕਾਂ ਦੇ ਘਰ ਝਾੜੂ ਕੀਤੇ, ਪੋਚੇ ਕੀਤੇ, ਭਾਂਡੇ ਮਾਂਜੇ, ਮਤਲਬ ਕਿ ਮੇਰੇ ਭਰਾਵਾਂ ਨੂੰ ਨਾ ਪਤਾ ਲੱਗੇ ਕਿ ਮੈਂ ਕਿੱਥੇ ਹਾਂ। ਮੈਂ ਹੌਲੀ 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 ਆਪਣੀ ਸੈਟਿੰਗ ਕੀਤੀ ਜਲੰਧਰ ਦੇ ਵਿੱਚ ਆਣ ਕੇ, ਇਸ ਕਰਕੇ ਮੈਂ ਜਲੰਧਰ ਆਈ ਸੀ। ਫਿਰ ਤੁਸੀਂ ਐਂਬੂਲੈਂਸ ਕਿਵੇਂ ਚਲਾਉਣੀ ਸ਼ੁਰੂ? ਜਿਸ ਤਰ੍ਹਾਂ ਮੈਂ ਲੋਕਾਂ ਦੇ ਘਰ ਝਾੜੂ ਪੋਚੇ ਕਰਨ ਜਾਂਦੀ ਹੁੰਦੀ ਸੀ, ਭਰਾ ਉਹੀ ਐਂਬੂਲੈਂਸ ਚਲਾਉਂਦਾ ਹੁੰਦਾ ਸੀ। ਮਤਲਬ ਕਿ ਉਹਨੇ ਰਾਤ ਨੂੰ ਆਉਣਾ ਕਰਨਾ, ਜਿੱਦਾਂ ਵੀ ਘਰ ਦੇ ਵਿੱਚ ਰਾਸ਼ਨ ਨਹੀਂ ਹੈਗਾ, ਮੈਨੂੰ ਪੈਸੇ ਮਿਲਣੇ ਝਾੜੂ ਪੋਚੇ ਦੇ, ਕਿਸੇ ਵੇਲੇ ਨਹੀਂ ਮਿਲਣੇ, ਉਹਨੇ ਦੇ ਕੇ ਜਾਣਾ। ਇਹੀ ਸੋਚਿਆ ਕਿ ਮੈਂ ਕਿੰਨਾ ਕੁ ਚਿਰ ਇਹਦੇ ਕੋਲ ਖਾਵਾਂਗੀ, ਨਹੀਂ ਖਾ ਸਕਦੀ, ਬੇਟਾ ਵੀ ਪਾਲਣਾ ਸੀ, ਝਾੜੂ ਪੋਚਿਆਂ ਤੋਂ ਨਹੀਂ ਸੀ ਗੁਜ਼ਾਰਾ ਹੁੰਦਾ। ਜਿੱਥੇ ਮੈਂ ਝਾੜੂ ਪੋਚੇ ਕਰਨ ਜਾਂਦੀ ਉੱਥੇ ਕਬਾੜ ਦੇ ਵਿੱਚ ਗੱਡੀ ਪਈ ਸੀ, ਉਸੇ ਭਰਾ ਨੇ ਸੋਚਿਆ ਜੇ ਤੂੰ ਗੱਡੀ ਚਲਾ ਲਵੇਂ, ਮੈਂ ਕਿਹਾ ਕੋਈ ਗੱਲ ਨਹੀਂ ਮੈਂ ਚਲਾ ਲਵਾਂਗੀ, ਮੈਂ ਕੰਮ ਕਰਨਾ ਹੈ, ਜਿੱਦਾਂ ਮਰਜ਼ੀ ਜੋ ਮਰਜ਼ੀ ਮੈਂ ਕਰਾਂਗੀ ਕੰਮ। ਉਹਨਾਂ ਸਮਿਆਂ ਦੇ ਵਿੱਚ ਮੈਂ 15,000 ਦੀ ਉਹ ਗੱਡੀ ਲਈ, ਕੂੜੇ ਕਬਾੜ ਦੇ ਵਿੱਚੋਂ ਕੱਢ ਕੇ ਮੈਂ 15,000 ਦੀ ਗੱਡੀ ਲਈ, ਫਿਰ ਮੈਂ ਉਹ ਐਂਬੂਲੈਂਸ ਤਿਆਰ ਕਰਾਈ, ਉਹਨੂੰ ਐਂਬੂਲੈਂਸ ਬਣਾਇਆ। ਫਿਰ ਮੈਂ ਉਹਨੂੰ ਐਂਬੂਲੈਂਸ ਬਣਾਇਆ, ਮਤਲਬ ਕਿ ਮੇਰੇ ਮਨ ਦੇ ਵਿੱਚ ਇੱਕ ਸ਼ੰਕਾ ਜਾਗੀ ਕਿ ਮੈਂ ਐਂਬੂਲੈਂਸ ਚਲਾ ਲਵਾਂ, ਇਹ ਤਾਂ ਸਾਰਾ ਕੁਛ ਹੀ ਲੋਕ ਕਰਦੇ ਹਨ, ਇੱਕ ਮੈਂ ਹਟ ਕੇ ਕੰਮ ਕਰਾਂ। ਮੇਰੇ ਭਰਾ ਦਾ ਵੀ ਇਹੀ ਕਹਿਣਾ ਸੀ, ਕਹਿੰਦਾ ਕੰਮ ਉਹ ਕਰਨਾ ਜਿਹੜਾ ਕਿਸੇ ਨਹੀਂ ਕੀਤਾ, ਜਿਹੜੇ ਤੈਨੂੰ ਕਹਿੰਦੇ ਨੇ ਨਾ ਕਿ ਤੂੰ ਸਾਡੇ ਪੈਰਾਂ ਦੀ ਜੁੱਤੀ ਹੈ, ਤੈਨੂੰ ਅਸੀਂ ਰੋਲਣਾ ਹੈ, ਅਤੇ ਤੈਨੂੰ ਮੈਂ ਇੱਦਾਂ ਦੇ ਥਾਂ 'ਤੇ ਪਹੁੰਚਾਉਣਾ ਨਾ, ਮੈਂ ਤੈਨੂੰ ਆਪਣੇ ਭਰਾਵਾਂ ਨਾਲ ਉੱਤੇ ਤੈਨੂੰ ਬਣ ਕੇ ਦੱਸਾਂਗਾ। ਮੈਂ ਕਹਿੰਦਾ ਰਵਾਂ ਨਾ ਰਵਾਂ ਮੇਰਾ ਨਾਂ ਦੁਨੀਆ 'ਤੇ ਰਹੇਗਾ ਕਿ ਮੈਂ ਕਿਸੇ ਨੂੰ ਰੋਟੀ 'ਤੇ ਲਾਇਆ ਹੈ। ਇਹੋ ਜਿਹੇ ਭਰਾ ਲਈ ਜ਼ੋਰਦਾਰ ਤਾਲੀਆਂ ਇੱਕ ਵਾਰ, ਜਿੱਥੇ ਆਪਣੇ ਨਹੀਂ ਕੰਮ ਆਉਂਦੇ, ਮੇਰੇ ਆਪਣੇ, ਮੈਂ ਤੁਹਾਨੂੰ ਦੱਸਿਆ ਮੇਰੇ ਆਪਣੇ ਕੰਮ ਨਹੀਂ ਆਏ ਕਿਤੇ ਵੀ, ਮੇਰੇ ਅੱਜ ਵੀ ਮੇਰੇ ਬਗਾਨੇ ਉਹ ਮੇਰੇ ਆਪਣੇ ਆ ਜੀ ਜੀ, ਆਪਣੇ ਜਿਹੜੇ ਉਹ ਮੇਰੇ ਬਗਾਨੇ ਆ। ਇੱਕ ਹੋਰ ਇਹੋ ਜਿਹੇ ਬੇਗਾਨੇ ਨੇ ਡਾਕਟਰ ਜੋਹਲ, ਜਿਹੜੇ ਹਸਪੀਟਲ ਤੁਸੀਂ ਕੰਮ ਕਰਦੇ ਹੋ, ਹਾਂਜੀ, ਉਹਨਾਂ ਨੇ ਇੱਕ ਬਹੁਤ ਪਿਆਰਾ ਮੈਸੇਜ ਤੁਹਾਡੇ ਲਈ ਭੇਜ, ਸੁਣੀਏ। 4.5 ਸਾਲ ਪਹਿਲਾਂ ਲਗਭਗ ਮਨਜੀਤ ਕੌਰ ਮੇਰੇ ਹਸਪਤਾਲ ਆਏ ਔਰ ਇਹਨਾਂ ਨੇ ਕਿਹਾ ਕਿ ਮੈਨੂੰ ਐਂਬੂਲੈਂਸ ਦੇ ਡਰਾਈਵਰ ਦੀ ਨੌਕਰੀ ਚਾਹੀਦੀ ਆ, ਮੈਂ ਐਂਬੂਲੈਂਸ ਚਲਾ ਲੈਂਦੀ ਹਾਂ। ਔਰ ਤਕਰੀਬਨ ਇਹਨਾਂ ਦਾ ਇਹਦਾ ਫਿਰ ਟਰਾਇਲ ਲਿਆ ਗਿਆ ਐਂਬੂਲੈਂਸ ਚਲਾਉਣ ਲਈ, ਅਤੇ ਉਹਦੇ ਵਿੱਚ ਪਾਸ ਹੋ ਗਿਆ। ਉਸ ਤੋਂ ਬਾਅਦ 4.5-5 ਸਾਲ ਹੋ ਗਿਆ ਮੇਰੇ ਕੋਲ ਤਕਰੀਬਨ ਇਹਨਾਂ ਨੂੰ ਐਂਬੂਲੈਂਸ ਚਾਲਕ, ਔਰ ਹਮੇਸ਼ਾ ਆਪਣੇ ਪ੍ਰੋਫੈਸ਼ਨ ਦੇ ਪ੍ਰਤੀ ਵਫਾਦਾਰ ਆ। ਇੰਡੀਆ ਦੇ ਕਈ ਸ਼ਹਿਰ ਇਹੋ ਜਿਹੇ ਹੈਗੇ ਆ, ਜਿੱਦਾਂ ਵੱਡੇ ਸ਼ਹਿਰ ਹੈਗੇ ਆ, ਬੰਬੇ ਆ, ਅਹਿਮਦਾਬਾਦ ਆ, ਹੈਦਰਾਬਾਦ ਆ, ਉੱਥੇ ਔਰਤਾਂ ਰਾਤ ਦੇ 12-1 ਵਜੇ ਤੱਕ ਵੀ ਇਕੱਲੀਆਂ ਆਪਣੀ ਡਿਊਟੀ ਖਤਮ ਕਰਕੇ ਆਉਂਦੀਆਂ ਜਾਂ ਡਿਊਟੀ 'ਤੇ ਜਾਂਦੀਆਂ। ਸਾਨੂੰ ਪੰਜਾਬ ਦੇ ਵਿੱਚ ਵੀ ਇਹੋ ਜਿਹਾ ਮਾਹੌਲ ਦੇਣਾ ਚਾਹੀਦਾ ਤਾਂ ਕਿ ਹਰ ਔਰਤ, ਹਰ ਲੜਕੀ ਆਪਣਾ ਇੰਡੀਪੈਂਡੈਂਟਲੀ ਆਪਣਾ ਕੰਮ ਕਰ ਸਕੇ ਔਰ ਅੱਛਾ ਸਮਾਜ ਸੇ ਸਕੇ। ਇਹਨਾਂ ਦੀ ਕਹਾਣੀ ਸੁਣ ਕੇ ਹਿੰਮਤ ਆਉਂਦੀ ਹੈ, ਹੌਸਲਾ ਆਉਂਦਾ। ਮੁਸ਼ਕਿਲਾਂ ਨੂੰ ਜਦ
ਕ੍ਰੋਸ ਕੀਤਾ, ਕੋਈ ਇੱਕ ਹੋਰ ਮੁਸ਼ਕਿਲ ਸਾਹਮਣੇ ਆ ਗਈ, ਲੇਕਿਨ ਇਹਨਾਂ ਨੇ ਹਿੰਮਤ ਨਹੀਂ ਹਾਰੀ, ਉਹਨਾਂ ਮੁਸ਼ਕਿਲਾਂ ਨੂੰ ਖੜ੍ਹੇ ਰਹੇ ਇੱਕਦਮ ਅੱਗੇ। ਇਹ ਸਾਡੀ ਅਸਲ ਸਿਰਜਣਹਾਰੀ ਹੈ।